subscribe our channel for latest updates. ਜਗਰਾਉਂ ਦੇ ਪਿੰਡ ਮਲਸੀਆ ਦੇ ਰਹਿਣ ਵਾਲੇ ਗੁਰਸੇਵਕ ਸਿੰਘ ਸਿੱਧੂ ਦੀ ਪ੍ਰੇਮ ਕਹਾਣੀ ਦੀ ਸ਼ੁਰੂਆਤ ਫੇਸਬੁੱਕ ਤੋਂ ਸ਼ੁਰੂ ਹੋਈ ਤੇ ਵਿਆਹ ਦੇ ਵਿੱਚ ਬਦਲ ਗਈ। ਗੁਰਸੇਵਕ ਸਿੰਘ ਸਿੱਧੂ ਦੀ 2 ਸਾਲ ਪਹਿਲਾਂ ਵਿਦੇਸ਼ ਦੀ ਧਰਤੀ ਕੈਨੇਡਾ ਦੀ ਸਿਟੀ ਕੈਲਗਿਰੀ ਦੀ ਰਹਿਣ ਵਾਲੀ ਮਰੀਡਾ ਦੇ ਨਾਲ ਫੇਸਬੁੱਕ ਦੇ ਜ਼ਰੀਏ ਦੋਸਤੀ ਹੋਈ ਤੇ ਦੋਸਤੀ ਪਿਆਰ ਵਿੱਚ ਬਦਲ ਗਈ ਅਤੇ ਫਿਰ ਵਿਦੇਸ਼ੀ ਲੜਕੀ ਨੇ ਪੰਜਾਬ ਦੇ ਰੀਤ ਰਿਵਾਜ਼ਾਂ ਨੂੰ ਅਪਣਾਉਂਦੇ ਹੋਏ ਪੰਜਾਬ ਦੇ ਲੜਕੇ ਗੁਰਸੇਵਕ ਸਿੰਘ ਦੇ ਨਾਲ ਪੰਜਾਬ ਵਿੱਚ ਆ ਕੇ ਵਿਆਹ ਕਰ ਲਿਆ ਅਤੇ ਪੰਜਾਬੀ ਵਿਰਸੇ ਨੂੰ ਅਪਣਾਇਆ ਅਤੇ ਗੁਰਸੇਵਕ ਦੇ ਪਿੰਡ ਦੇ ਲੋਕ ਇਸ ਵਿਆਹ ਤੋਂ ਬਹੁਤ ਖੁਸ਼ ਸਨ। ਗੁਰਸੇਵਕ ਦਾ ਪਰਿਵਾਰ ਅਤੇ ਵਿਦੇਸ਼ੀ ਲੜਕੀ ਮਰੀਂਡਾ ਦੇ ਪਰਿਵਾਰ ਵਾਲੇ ਵੀ ਆਪਣੀ ਬੇਟੀ ਦੇ ਇਸ ਵਿਆਹ ਤੋਂ ਖੁਸ਼ ਸਨ ਅਤੇ ਹੁਣ ਉਹਨਾਂ ਦੇ ਕੋਲ ਇੱਕ ਬੇਟਾ ਪੈਦਾ ਹੋਇਆ ਅਤੇ ਗੁਰਸੇਵਕ ਸਿੰਘ ਨੇ ਪ੍ਰੈਸ ਨੂੰ ਦੱਸਿਆ ਕਿ ਵਿਦੇਸ਼ੀ ਸਰਕਾਰ ਉਹਨਾਂ ਦੇ ਵਿਆਹ ਅਤੇ ਪਿਆਰ ਨੂੰ ਫੇਕ ਸਮਝ ਰਹੀ ਹੈ ਅਤੇ ਮੇਰੀ ਪਤਨੀ ਹੁਣ ਵਾਪਸ ਆਪਣੇ ਵਿਦੇਸ਼ ਕੈਨੇਡਾ ਕੈਲਗਿਰੀ ਜਾ ਚੁੱਕੀ ਹੈ ਅਤੇ ਵਿਦੇਸ਼ੀ ਸਰਕਾਰ ਉਸ ਨੂੰ ਵਿਦੇਸ਼ ਜਾਣ ਦੀ PR ਨਹੀਂ ਦੇ ਰਹੀ ਅਤੇ ਉਹ ਆਪਣੇ ਪਰਿਵਾਰ ਤੋਂ ਬਿਨਾਂ ਨਹੀਂ ਰਹਿ ਸਕਦਾ ਅਤੇ ਗੁਰਸੇਵਕ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਬੇਨਤੀ ਕੀਤੀ ਹੈ ਕਿ ਉਸ ਨੂੰ ਵਿਦੇਸ਼ ਜਾਣ ਦੀ ਅਨੁਮਤੀ ਦਿੱਤੀ ਜਾਵੇ ਕਿਉਂਕਿ ਉਸਦਾ ਕਸੂਰ ਇੰਨਾ ਹੈ ਕਿ ਉਸਨੇ ਇੱਕ ਵਿਦੇਸ਼ੀ ਲੜਕੀ ਦੇ ਨਾਲ ਪਿਆਰ ਕੀਤਾ ਅਤੇ ਉਸ ਦੇ ਨਾਲ ਵਿਆਹ ਕੀਤਾ। ਇਹ ਮੇਰਾ ਪਰਿਵਾਰ, ਗੁਰਸੇਵਕ ਸਿੰਘ ਮੇਰਾ ਭਤੀਜਾ, ਇਹ ਮੇਰੀ ਨੂੰਹ ਮਰਿੰਡਾ। ਇਹਨਾਂ ਦੀ ਸ਼ਾਦੀ ਇੱਥੇ ਬੜੀ ਸੋਹਣੀ ਰੀਤੋ ਰਿਵਾਜ਼ ਨਾਲ ਹੋਈ ਹੈ ਔਰ ਬੜਾ ਲਾਇਕ ਕਰ ਰਹੇ ਹੈ ਸਾਡੇ ਪੰਜਾਬ ਨੂੰ, ਸਾਡੇ ਪਰਿਵਾਰ ਨੂੰ, ਸਾਡੇ ਘਰ ਨੂੰ। ਤੋ ਇਹਨਾਂ ਨੂੰ ਇਸ ਟਾਈਮ 'ਤੇ ਸਰਕਾਰ ਨੇ ਜੋ ਬੀਜੇ ਦੀ ਕਿੱਲਤ ਹੈ, ਦਿੱਕਤ ਹੈ, ਉਹ ਇਹਨਾਂ ਦੀ ਦੂਰ ਕੀਤੀ ਜਾਵੇ ਔਰ ਗੁਰਸੇਵਕ ਸਿੰਘ ਦੇ ਕੈਨੇਡਾ ਦੇ ਵਿੱਚ ਲੜਕਾ ਪੈਦਾ ਹੋਇਆ ਇਹਦੇ ਮਰਿੰਡਾ ਦੇ, ਤਾਂ ਉਸਦੀ ਵੀ ਇੱਕ ਸ਼ਾਇਰ ਬਣ ਜਾਂਦੀ ਹੈ, ਮਿਸਾਲ ਬਣ ਜਾਂਦੀ ਹੈ। ਤਾਂ ਇਹਦੇ 'ਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਇਹਨਾਂ ਜਲਦੀ ਤੋਂ ਜਲਦੀ ਬੀਜਾ ਮਿਲੇ ਤਾਂ ਇਹ ਆਪਦਾ ਪਰਿਵਾਰ ਬਾਹਰ ਜਾਵੇ ਤਾਂ ਵਧੇ ਫੁੱਲੇ। ਤਾਂ ਮੇਰੀ ਇਹੀ ਬੇਨਤੀ ਹੈ। ਜਗਰਾਉਂ ਤੋਂ ਰਾਮ ਚਾਵਲਾ ਦੀ ਰਿਪੋਰਟ, ਚੈਨਲ ਪੰਜਾਬ ਨਿਊਜ਼।